ਬੀ ਹੈਗਾ ਹਾਈ ਵੈਜ 1150 ਦੀ ਥੈਲੀ ਆ ਪ੍ਰਿੰਟ ਰੇਟ ਇਹਦੇ ਤੇ ਹੈਗਾ 1580 ਇਹ ਹੈਗੀ ਆਪਣੀ ਚਾਰ ਵਾਲੀ ਤੇ ਜਿਹੜੀ ਆਹ ਦੋ ਖੇਤ ਨੇ ਇਹ ਚਾਰ ਵਾਲੇ ਬੀਜਿਆ ਡੰਗਰਾਂ ਨੂੰ ਤੇ ਜਿਹੜੀ ਆ ਇਹ ਮਹਿੰਗਾ ਵੀ ਆ ਇਹ 3880 ਇਹ 2700 ਦਾ ਮਿਲਿਆ ਕਿੱਲੇ ਦਾ ਤੇ ਇਹ ਉੱਧਰ ਬੀਜੀ ਆ ਇਹ ਕੰਟੈਕਟ ਵਾਲੀ ਆ ਆਪਣੇ ਫੈਕਟਰੀ ਆ ਉਰੇ ਸਾਧੂਗੜ੍ਹ ਉਹਦੇ ਨਾਲ ਕੰਟੈਕਟ ਕਰਿਆ ਹੋਇਆ ਇਹ ਛੱਲੀ ਦੇਣੀ ਆ ਉਹਨਾਂ ਨੂੰ ਹੈ ਤੇ ਜਿਹੜਾ ਬਾਅਦ 'ਚ ਉਹ ਆਪਣੀ ਵੀ ਛੱਲੀ ਸਾਰੇ ਟਾਂਡੇ ਆਪਣੇ ਡੰਗਰਾਂ ਨੂੰ ਹੈ ਤੇ ਜਿਹੜੀ ਆ ਇਹ ਦੂਜੀ ਇਹ ਡੰਗਰਾਂ ਨੂੰ ਹੈ ਚਾਰ ਵਾਲੀ ਇਹ 10 ਕਿੱਲੋ ਦੀ ਪੈਕਿੰਗ ਹੈ 4 ਕਿੱਲੋ ਦੀ ਉਰੇ ਆਹ ਕੀ ਲਿਖਿਆ 10 ਕਿੱਲੋ ਅਦਰ ਕਰੋਪ ਸੀਡ ਮੈਕਸ ਅੱਛਾ ਇਹ 8 ਕਿੱਲੋ ਕਿੱਲੇ ਦਾ ਇਹ ਵੀ ਉਹ ਵੀ ਉਹ ਕਿੰਨਾ ਉਹ 3.5 ਕਿੱਲੋ ਕਿੱਲੇ ਦਾ ਹੈ ਉਹ ਜਾਣੀ ਮਹਿੰਗਾ ਵੀ ਆ ਊ ਉਹ ਫੈਕਟਰੀ ਵਾਲੀ ਦਿੰਦੇ ਆ ਉਹ ਇਹ ਆਪਣਾ ਆਮ ਲੋਕਲ ਆ ਆਪਾਂ ਵੀ ਹੁਣ ਆਹ ਬੀਜਾਂਗੇ ਕਣਕ ਵੱਢ ਕੇ ਉਦੋਂ ਆਹੀ ਬੀਜਿਆ ਜਾਊਗਾ ਫਿਰ ਇਹ ਜਾਣੀ ਆਏ ਆ ਫਿਰ ਜੀਰੀ ਲਾਉਣ ਵੇਲੇ ਤੱਕ ਆਪਣਾ ਚਾਰ ਪਾ ਦਾਂਗੇ ਡੰਗਰਾਂ ਨੂੰ ਉਹ ਪਰਾਂ ਵਾਲਾ ਖੇਤ ਬੀਜਤਾ ਬੀਜਣ ਲੱਗ ਰਿਹਾ ਆਹ ਰਹਿ ਗਿਆ ਬਸ ਇਕੱਲਾ ਇਹ ਆਪਣਾ ਇਹਦਾ ਰੇਟ 1200 ਚੱਲਦਾ ਕਿੱਲੇ ਦੀ ਬਿਜਾਈ ਦਾ ਇੱਕ ਹੱਥਾਂ ਨਾਲ ਵੀ ਲਾਉਂਦੇ ਆ ਉਹਦੇ ਨਾਲ ਆਹ ਪ੍ਰੋਜੈਕਟ ਨਹੀਂ ਠੀਕ ਆ ਨਾ ਘੋਲ ਨਾ ਹੋਰ ਨਾ ਲੱਲਾ ਨਾ ਭੱਬਾ ਸਵੇਰੇ ਆਇਆ ਤੀ ਇਹ ਹੁਣ ਆਹ ਸਾਰੀ ਬੀਜ ਕੇ ਚੱਲ ਜੂਗਾ ਹੈਂ ਹਾਂ ਗਿੱਲਾ ਹਲੇ ਥੋੜਾ ਜਾ ਇਹ ਬੈਡ ਵਾਲੀ ਆ ਆਪਣੀ ਵੀ ਬੈਡ ਬਣੇ ਹੋਏ ਆ ਉਹ ਚ ਸੁਹਾਗਾ ਮਾਰਿਆ ਸੀ ਇਹ ਚ ਬਿਨਾਂ ਸੁਹਾਗੇ ਤੋਂ ਕਹਿੰਦਾ ਬੀਜੀ ਜਾਊਗੀ ਕਣਕਾਂ ਵੀ ਆ ਗਈਆਂ ਬਸ 10 ਦਿਨ 15 ਧੁੱਪ ਬੜੀ ਲੱਗ ਗਈ ਪੈਣ ਹੁਣ 35-40 ਟੈਂਪਰੇਚਰ ਜਾਣਾ ਕਹਿੰਦੇ 10 ਤਰੀਕ ਤੱਕ ਹਾਂ ਇਹ ਰੇਡੀਅਲ ਟਾਇਰ 16 ਦੀ ਨੇ ਹੈ ਨਾ ਊਂ ਦੂਏ ਟਾਇਰ ਨਾਲੋਂ ਚੌੜੇ ਨੇ 75,000 ਦੇ ਨੇ ਹੈ ਪਰ ਇਹਨਾਂ ਨੇ ਵਿੱਚ ਨਵਾਂ ਕਢਾਇਆ ਹੋਊ ਜਾਂ ਤਾਂ ਉਹ ਕਟਾਤੇ ਹੋਣੇ 50-50 ਦੇ 20-22 ਹਜ਼ਾਰ ਰੁਪਇਆ ਹੋਊ ਇਹਨਾਂ ਦਾ ਮੋਬਾਈਲ ਗਿਰ ਗਏ ਊਜ ਤਾਂ ਦੀ ਜੇ ਨਾ ਦੇਖਦਾ ਇਹ ਮਹਿੰਗੀਆਂ ਪੈ ਗਈ ਦੀ ਹੈ ਮੈਂ ਬਥੇਰੇ ਹਿੱਟ ਨੇ ਗਾਹਣ 'ਚ ਉਹ ਡੈਹਰ ਵਾਲੀ ਮੋਟਰ ਨਹੀਂ ਜਿਹੜੀ ਚਾਰ ਮੋਬਾਈਲ ਤਾਂ ਉਹੀ ਖਾ ਗਿਆ ਉਹ ਉਹਨਾਂ ਵਾਲਾ ਜਿਹੜਾ ਖੱਤਾ ਉਹਦਾ ਸੜਕ ਲਵੇ ਗਾਹਣ 'ਚ ਹਰ ਸਾਲ ਗਿਰਦਾ ਹੀ ਗਿਰਦਾ ਸੀ ਪਤਾ ਨਹੀਂ ਕੀ ਚੱਕਰ ਦੀ ਉਹ ਸਾਹ ਸਾਲੇ ਡੈੱਕ 'ਚ ਬਲੂਟੁੱਥ 'ਤੇ ਕਰਾ ਲਏ ਪਤਾ ਤਾਂ ਲੱਗ ਜਾਂਦਾ ਸੀ ਵੀ ਮੋਬਾਈਲ ਗਿਰ ਗਿਆ ਆ ਚੱਕ ਲੈ ਪਰ ਇਹਦਾ ਖੁੱਡ ਉਹ 'ਚ ਆ ਉਹ ਕਿਹੜਾ ਪੜਦੀ ਆ ਖੁੱਡ 'ਚ ਕੌਣ ਇਹ ਕਹਿੰਦਾ ਅੱਛਾ ਤੁਸੀਂ ਕਹਿੰਦੇ ਹੋ ਕਢਾਇਆ ਲੈ ਜਿਵੇਂ ਊ ਤੇ ਕਹਿੰਦੇ ਹੁੰਦੇ ਨੇ ਕਢਾਇਆ ਲੈ ਪੁਰਾਣੀਆਂ ਬੋਲੀਆਂ ਬੁੜਿਆਂ ਦੀਆਂ ਇਹ ਤਾਂ 3 ਸਿਲੰਡਰੀ ਹੋਇਆ ਟਰੈਕਟਰ ਹੈ ਨਾ ਵਧੀਆ ਨੇ ਟਰੈਕਟਰ 2 ਕੁ ਲੀਟਰ ਤੇਲ ਖਾਂਦਾ ਇਹ ਕਿੱਲੇ ਦਾ ਘੰਟੇ ਦਾ ਆਪਣਾ 4-5 ਲੀਟਰ ਤੇਲ ਖਾਂਦਾ ਰੀਪਰ ਰੂਪਰ ਦੇ ਜੇ ਹੋਰ ਬਾਹੀ ਕਰਦੇ ਆਪਾਂ ਉਰੇ ਆਨੀ ਮੈਂ ਹੈਲੋ ਮਸ਼ੀਨ ਨਾਲ ਦਾ ਆ ਗਿਆ ਫੋਨ ਗਾਂ ਬੀਜਣੀ ਹੋ ਗਿਆ ਹਲੇ ਇਹਦਾ ਹੁਣ ਬੀਜ ਦੂ ਲੈਫਟ ਨਾਲੇ ਨੇ ਉਹ ਲੱਤਾਂ ਹੀ ਆਲੇ ਦੁਆਲੇ ਵਾਲੀਆਂ ਭੇਜਣਾ ਕਿੱਥੇ
करो चेक लुक मैसी ट्रैक्टर की, न्यू हॉलैंड वाली छतरी लगी हुई है। बग्गे पिंड का मुंडा, बग्गे पिंड का अपने जेडे 60 दे छतरी लगी हुई है, उही लगी हुई है इहदे वी। पंज लख दी है मशीन, उपर रे पैंदा पिछे आह पैंदा, जे तुसी बीजनी आ बीजो अपनी जेड़ी थोनू मैं पैकेट दिखाई है पिछे चार लई मक्की, जे कंटैक्ट करना उन्हां नाल तां उत्थों ही बीज मिल जांदा उह फैक्टरी चों। किन्ने क्वांटल दी होऊ, 10 क्वांटल दी तां होऊ है ना। रूटावेटर अपना किन्ने क्वांटल दा हुंदा है? हाँ ट्रैक्टर दे बेट लाया हुआ मूहरे, बंपर भी क्वांटल दा है। ये तां हले फुल नहीं भरी हुई, जे फुल भरी होवे फिर तां नहीं टायर लगदे ट्रैक्टर दे। आ भी टायर ऐ चिप्पे पए ने इहदे। आ जदों गाह वाला गेड़ा आउंदा तवी जिहड़ी पट्टदी आ इहदे ते लिआउणा पैंदा टायर है ना। आ देखो आ बेट लाए हुए मूहरे दे, क्वांटल दा बंपर आ, 20 किलो दी आ प्लेट होऊ। टायरां दा किवें हो रिहा, नीरे नूरे नालों पैसे आ जगाड़ घैंट आ। चको टोकरा पाओ किवें, ਇਹ ਦਬਲਣ ਵਾਲਾ ਤਾਂ ਕੋਈ ਉਹ ਨਹੀਂ ਹੈ, ਕਿਉਂ ਇਹਦਾ ਖੁੱਡੇ ਉਹ ਸਿੱਟੀ ਜਾਣੇ ਆ, ਉਹ ਬੰਨਿਆ ਜਾਂਦਾ ਰੁਕ ਜਾਂਦਾ, ਆਹੋ ਵੀ ਪੈਂਦਾ ਨੀ, ਖੁੱਡ ਬੰਦ ਹੋ ਜਾਂਦਾ। ਹਾਂ ਪਹਿਲੀ ਚ ਰੱਖਿਆ ਹੋਇਆ ਇਹਦਾ, ਕਾਲੀ ਨੀ ਕਰ ਰਿਹਾ ਊ ਵੀ ਵਧੀਆ ਬੀਜ ਰਿਹਾ। ਧੱਪਣੇ ਕੱਢ ਰੱਖਣੇ ਚੰਗਿਆੜੇ, ਪੰਜ ਕਿਲੋ ਦਾ ਮਿੱਟੀ ਉਹਦੇ ਮੂਹਰੀ ਹੋਊ ਜਦ ਉਹ ਆ ਕੇ ਚੱਕਦਾ। ਉਹ ਪ੍ਰੈਸ਼ਰ ਵਾਲਾ ਮੀਟਰ ਲੱਗਿਆ ਹੋਇਆ ਵੀ ਕਿੰਨੀ ਉਹ ਮਾਰਦਾ, ਵਧੀਆ ਜਗਾੜ ਹੱਥ ਵਾਲੀ ਲਾਉਣ ਨਾਲੋਂ। ਤੁਹਾਨੂੰ ਐ ਹੋਗਾ ਵੀ ਲੱਗ ਗਿਆ ਹੈ ਵੀ ਕਹਿੰਦਾ ਦੇਖਣ ਨੂੰ। ਆਹਦਾ ਉਰੋਂ ਟਾਣਾ ਵੱਢ ਦਿਓ, ਇੰਨਾ ਇੱਕੇ ਵੱਢ ਕੇ ਸਰ ਦੂ। ਊਂ ਸੌਂ ਦਾ ਨਜ਼ਾਰਾ ਤਾਂ ਬਹੁਤ ਆ ਨਾ, ਦਰਖਤ ਦਾ ਫਾਇਦਾ ਤਾਂ ਹੈਗਾ। ਇਹਦੇ ਪਹਿਲਾਂ ਤਾਂ ਬਹੁਤ ਖਾਂਦੇ ਨੇ ਅੰਬ ਜੇ, ਹੋਰ ਇਹਦਾ ਤਾਂ ਵਧੀਆ ਨਜ਼ਾਰਾ ਲਿਆ ਕੇ ਰੱਖਦੇ ਨੇ, ਨਾਲੇ ਹੋਰ ਦੇ ਪੈ ਜਾਂਦੇ ਨੇ ਮੂੰਹ ਚ। ਕਿਵੇਂ ਖਿੱਚ ਕਰਕੇ ਨੀ ਗੇੜਾ ਆਉਂਦਾ ਉਰੇ? ਅੱਛਾ ਇੰਨਾ ਕੇ ਬੀਜਣਾ। ਪਿਓਰ ਵੀ ਆ ਹੈ
ਜਿਹੜਾ ਬੰਦਾ ਕੰਮ ਕਰਦਾ ਉਹਨੂੰ ਤਾਂ ਨੌਲੇਜ ਹੁੰਦੀ ਉਹ ਹੈ। ਉਰੇ ਧੁੱਪ ਨਹੀਂ ਲੱਗੀ, ਉਰੇ ਲੱਗ ਕੇ ਦੱਸਦਾ ਵੀ ਗਿੱਲਾ। ਉਹ ਕਰ ਦੱਸੋ ਕਿਹਦਾ ਆ ਗਿਆ ਕਮੈਂਟਾਂ 'ਚ। ਹੁਣ ਗਾਹਾਂ ਕਣਕਾਂ ਵੇਲੇ ਪਾਇਆ ਕਰਾਂਗੇ ਵੀਡੀਓਆਂ, ਜਦੋਂ ਟਰਾਲੀਆਂ ਕੱਢਿਆ ਕਰਾਂਗੇ। ਐਤਕੀ ਥੋਂ ਵੀ ਗਿੱਲੀ ਰਹਿਣਗੇ ਥੱਲੋਂ। ਹਾਂ ਇੱਧਰ ਡਹਿ ਰਗਣੀ ਤਾਂ ਕਣਕਾਂ ਨਿਕਲਣਗੀਆਂ ਵੀ ਐਸੀਆਂ। ਰੀਪਰ ਦਾ ਬਹੁਰਾ ਅੜਦਾ ਅਸਲੀ ਗੁੱਲੀ ਡੰਡਾ ਇੰਨਾ ਨਾ ਗੁੱਲੀ ਕਣਕਾਂ ਦਾ ਦਿਖਦੀ ਨੇ। ਹਾਂ ਉਹ ਬਣਦੀ ਆ ਬਾਜਰੀ ਜੀ। ਔਰ ਊ ਆਪਣੀ ਕਣਕ ਦਾ ਹਲੇ ਆ ਹੀ ਕਿੱਲਾ, ਬਾਕੀ ਤਾਂ ਠੀਕ ਖੜੀ ਆ, ਵਿੱਚ ਵਿੱਚ ਆ ਕੋਈ ਕੋਈ ਦਾੜੀ। ਨਿਬੜ ਗਿਆ ਕੰਮ, ਚਲਾਈ ਘੈਂਟਾ ਟਰੈਕਟਰ ਦੀ। ਇਹਦੇ ਝੋਟੇ ਵਾਲਾ ਗੇਅਰ ਵੀ ਲੱਗਿਆ ਹੋਇਆ ਸਾਈਡ ਤੇ, ਮੈਸੀ 9500 ਸਮਾਰਟ ਹੈ। ਐਤਕੀ ਪਾਵਾਂਗੇ ਵੀਡੀਓ ਫਿਰ ਫੁੱਲ ਸਟੈਂਡਰਡ ਦਾ ਜ਼ੋਰ ਵੀ ਦਿਖਾਵਾਂਗੇ ਤੁਹਾਨੂੰ ਉੱਧਰ ਖੜਾ। ਬਾਅਦ ਚੈੱਕ ਕਰੋ, ਧੂੰਆਂ ਤਾਂ ਕੋਈ ਨਹੀਂ, ਲੋਡ ਟਰੈਕਟਰ ਨੋਰਮਲ ਚੱਲ ਰਿਹਾ ਐਨ ਪੂਰਾ। ਮੈਂ ਟਰੈਕਟਰ ਲੋਡ ਤੇ ਨਹੀਂ ਹੈਗਾ ਪੂਰਾ, ਐਨ ਸਵਾਦ ਨਾਲ ਚੱਲ ਰਿਹਾ ਹੈ ਨਾ। 2 ਲੀਟਰ ਹੀ ਖਾਂਦਾ ਗੇਲ ਤੇਲ ਕਿੱਲੇ ਦਾ, ਇਹ 3 ਖਾ ਜਾਂਦਾ ਹੋਊਗਾ। ਇਹ ਵੀ ਸਾਲਾ ਜ਼ੋਰ ਚਾਹੀਦਾ, ਲੈਫਟ ਟਾਪੇ ਪਾੜ ਦੂ ਮਾੜੇ ਟਰੈਕਟਰ ਦੇ ਤਾਂ ਇਹ ਵਜਨ ਬਹੁਤ ਆ ਨਾ। ਯੱਕੋ ਬਾਈ ਇੱਕ ਕੱਢਦੇ, ਇੱਕ ਹੋਰ ਨਿਕਲ ਜੂਗਾ ਹੈਗਾ। ਇਹ ਬੈਡਾਂ ਵਾਲੀ ਆ ਜੀ ਬਜਾਈ, ਇਹ ਲੱਗੂ ਟਾਣਾ, ਹਲਾ ਇੰਨਾ ਨਹੀਂ ਹੋਏਗਾ, ਹਲਕਾ ਜਿਹਾ ਹੀ ਹੈ, ਇੰਨਾ ਉਹ ਨਹੀਂ ਹੈਗਾ, ਪੱਤੀ ਜਿਹੇ ਹੀ ਨੇ ਉਹ ਨਾਲੇ ਫਸਾ ਲਿਆ। ਮੁੰਡਾ ਕਹਿੰਦਾ ਯੂਟਿਊਬ ਤੇ ਚੈਨਲ ਆਪਣਾ ਵਾ। ਹਾਂ ਕਹਿੰਦਾ ਮੈਂ ਜਦੋਂ ਆਇਆ ਆਪਣੀ ਕੋਠੀ ਦੇਖੀ ਹੋਣੀ ਇਹਨੇ, ਕਹਿੰਦਾ ਮੈਂ ਦੇਖੀ ਜਾਵਾਂ ਵੀ ਘਰ ਦੇਖਿਆ ਲੱਗਦਾ, ਫਿਰ ਮੈਂ ਆਇਆ ਵਾ, ਚੱਲ ਬਣਾ ਦਿੰਦੇ ਵੀਡੀਓ। ਕਹਿੰਦਾ ਇਹ ਵੀਡੀਓ ਜਾਣੀ ਤਾਂ ਬਣਾਈ ਆ ਜੇ ਕਿਸੇ ਨੇ ਮੱਕੀ ਬੀਜਣੀ ਹੁਣ ਕਣਕ ਵੱਢਣ ਤੋਂ ਬਾਅਦ, ਤਾਂ ਜਿਹੜਾ ਤੁਹਾਨੂੰ ਦਿਖਾਇਆ ਉਹ ਵੀ ਬੀਜੋ ਬੈਟਰ ਰਹਿੰਦਾ, ਕਿਉਂ ਇਹ ਆਪਣੇ ਚਾਚੇ ਹੁਣੀ ਆਹੀ ਸਾਲ ਬੀਜਦੇ ਆ। ਉਹ ਪਰਾਂ ਜਿਹੜੇ 2 ਕਿੱਲੇ ਉਹਨਾਂ ਨੇ ਕੰਟਰੈਕਟ ਦੇ ਬੀਜਿਆ ਉਹ। ਦੱਸਦੇ ਨੇ ਟਾਇਰ ਵਜਨ ਆ, ਹੁਣ ਪੱਖਾ ਚੱਲ ਰਿਹਾ ਪਰ ਸਿੱਟ ਰਿਹਾ ਨਹੀਂ ਹੈ ਥੱਲੇ, ਗੇਅਰ ਕੱਢਿਆ ਨਹੀਂ ਹਲੇ ਪੀ ਟੀ ਓ ਵਾਲਾ, ਫਿਰ ਇਹ ਟਾਇਰਾਂ ਨਾਲ ਹੀ ਸਿੱਟਦਾ ਹੋਊਗਾ ਵੀ ਜਿੰਨੀ ਸਪੀਡ ਫੜਦਾ ਉਨਾ ਹੀ। ਵੀ ਮੰਜਾ ਨਾ ਮਾੜੀ ਜੀ ਫਸਾ ਲੈ ਗਿਆ ਪੱਤੀ ਜੀ। ਸਤਿ ਸ੍ਰੀ ਅਕਾਲ ਜੀ, ਨਾ ਨਾ ਜੀ ਬਸ ਕਟ ਰਜੱਟ ਕਰਦਾ, ਸਤਿ ਸ੍ਰੀ ਅਕਾਲ। ਰੇਸ ਆਪਾਂ ਵੀ ਲਵਾ ਰਹੀ ਆ, ਇਹਦੇ ਕਦ ਲਵਾਈ ਦੀ, ਇਹਦੇ ਕਿੱਥੋਂ ਫੀਡਿੰਗ ਕਰੀ ਹੋਈ ਆ। ਸਟੈਂਡਰਡ ਦੇ ਰੇਸ ਲਵਾਉਣੀ ਹੋਵੇ ਦੇਖ ਲਓ ਕਿਵੇਂ ਲੱਗਦੀ ਆ। ਆਹ ਦੇਖੋ ਉਰੋਂ ਆਹ ਨਾਟਾ ਜਿਹੜਾ ਸਟੇਰਿੰਗ ਵਾਲਾ ਆਰਮੀ ਡੋਲ ਵਾਲਾ, ਉੱਥੋਂ ਆਹ ਪੱਤੀ ਆਈਆਂ ਹੋਈਆਂ ਕਰ ਲਓ ਚੈੱਕ। ਉਰੋਂ ਫਿਰ ਇਹ ਐਮ ਬਣਾਈ ਹੋਈ ਆ ਇਹਦੇ ਨਾਲ, ਉੱਧਰੋਂ ਦਿਖਾਉਣ ਰੀਪਰ ਦੀ ਤਾਂ ਕੱਟਦੀ ਰਹਿੰਦਾ ਚਾਚੀ, ਉਹਨਾਂ ਨੇ ਵੀ ਕੱਟਤੀ ਅਸੀਂ ਵੀ ਕੱਟਤੀ। ਆਹ ਦੇਖੋ ਇੱਧਰੋਂ ਉਰੋਂ ਲਿਆ ਕੇ ਪੱਤੀ ਲਾ ਕੇ ਸਰੀਆ ਲਾ ਕੇ, ਫਿਰ ਉਰੋਂ ਐਂ ਉੱਪਰ ਨੂੰ, ਫਿਰ ਉਰੋਂ ਐਂ ਪਿੱਛੇ ਨੂੰ, ਫਿਰ ਉਹਨਾਂ ਨੂੰ ਜੇ ਉਰੋਂ ਲਾਉਂਦੇ ਤਾਂ ਉਰੇ ਆਉਂਦੀ ਆ, ਇੱਧਰ ਨੂੰ ਕਰੀ ਹੋਈ ਆ ਉਰੇ ਨੂੰ ਇਹ। ਬਾਕੀ ਕਰੋ ਜੀ ਚੈੱਕ, 4 ਸਿਲੰਡਰ ਆ ਇਹ, ਆਪਾਂ ਪਾਵਰ ਸਟੇਅਰਿੰਗ ਕਰਾਇਆ ਹੋਇਆ ਸੁੱਖੀ ਵੀਰੇ ਤੋਂ, ਜਨੌਦੇ ਵਾਲੇ ਤੋਂ। 4 ਸਿਲੰਡਰ ਆ, ਝੋਟਾ ਹੀ ਆ, ਤੁਸੀਂ ਦੇਖੀ ਹੋਊਗੀ ਵੀਡੀਓ ਜਦ ਇਹਦੀ, ਦਵਦਾ ਹੀ ਨਹੀਂ ਪਤੰਦਰ, 5 ਗੇਅਰ ਨੇ ਇਹਦੇ, ਅੰਨਾ ਹੀ ਜ਼ੋਰ ਆ, ਅੰਨਾ ਹੀ।
अन्ना ही कहने हों जिन्हों गेरे कि लिखे पे होने उ है ही नहीं बेचारा पुराना हो गया काफी करो चेक हूँ ये छतरी छुतरी लवानी पता करिए छतरी भी की रेट लगूगी हम कथे जाना बीजना नंबर तो होगा इन्हों का थोड़े को बा फिर जो कणक वड के बीजा गे उदो दसा गे फिर बीज के जाई अगला कहना चलो थक गया होगा टायर आ देख दूजे लोड ने फिर ये भी कस दे होने जगाड़े बहुत आ यार माड़ा बंदा तो इन देख के उलझ जाता है ए बी स्पीड नाल पाउंदी आ जे दूजे हाई च पा लिए भी फिर भी गिठती पाऊ चक्करां नाले पाउंदी आ उथों हवा के मैं इधरों जिहड़ी हवा दिंदा उह पखा लग्या वा उहदे अरे आप गिठती सिटूगी मां जिवें कई बार अगला उवें भजाउंदा फिरी जांदा स्पीड वध घट भी फिर उह हिसाब नाल जिवें अपनी मशीन नहीं होंगी कणक वाली ओहदे दा टायर लग्या बंदा वह उन्नी फिर तेज घूमन लग जाता केड़ी कंपनी की है ये किदी मैसियो की ये केड़ी कंपनी मैं पहली बार सुनी ना मैं नहीं सुनी कदे किथे दी हैगी किथे दी अच्छा जे इनू फुल भर दी किन्ने किले बीज दिंदी है सारी बारह किले जे आ सारे फुल कर दिए दिन च जे आप सवेरे हक्की आथण तक किन्ने बीज बीज दिंदे ने 25-26 किले आराम नाल बीज दिंदी है फिर तो वधिया यार काम तेल का ट्रैक्टर 2 लीटर ही खांदा होगा किले का 2.5 लीटर वासी इत्थे की लाया दी अंदाज क्यों लोड ते नहीं इन्ना चलता वही भी जमीन होंदी है ना फिर ओए जिवें बड़ा ट्रैक्टर होंदा उन्ना ही घट लोड ते चलता सखाला रह के चलता ओ HP दे हिसाब नाल पै जांदा ना फर्क बाकी बंपर सरहंद वाले दशमेश होना तो लगे हुआ आपां भी करवाउणा तियार देखदे आ ना रेडियल टायर ने ये होगा 57 HP का ट्रैक्टर 58 HP का समार्ट ये गेयर लग्या होया हा जो ट्राली ट्रूली कट दे साला परवाह ही नहीं करता फिर तो बहुत अगड़ा ट्रैक्टर है वधिया सिस्टम आ ये ऐ हथाली लाउण नाल थले गिर गया चुगया जाऊगा तो प्रोपर मिट्टी च जाना आ डली ना जावे है भी पतला पतला रे हो जाऊगा थले वधिया जगाड़ बनाया हुआ यार पूरा एन दिमाग नाल भी बरीकी बरीकी चीज देखो किन्नी एन पूरी आ मीटर इहदा आ भी होर जे लाउणे होणे दे भी होर लंबी भी हो सकदी है ट्रैक्टर दे हिसाब नाल है देखो खुलदा रख्या होया क्रंपां नाले लाए हुए सारे जगाड़ आ इन्होंने बाज लवाई हुई आ भी उन्हूं पद्धर कर दी जावे खुड नूं जिवें बाहे वा थाउ नहीं हुंदा जिवें हुण उरे हाँ जानी ये आए हैं भी प्लेट पद्धर करी जाती है ये उंची नीवी दी भी एडजस्टमेंट देती है इन्होंने आ लिफ्ट नाले जाती है भी अगला गेड़ा कित्थे आउणा ये टायर 16-28 दी हुणे 16-28 दी हूँ लगते बड़े आ ना दवाई लगी भी होंगी इनू जे खा लिए कुछ होंगे नहीं खा के देखो बाकी झग जी हो और कुछ नहीं होंगे चक लो ओह चक्या जाऊ चढ़ती है दिमाग जुकाम कर दी हरे दवाई का ਜੇ ਆ ਟੁੱਟੀਆਂ ਪਵਾਈਆਂ ਤਾਂ ਜਵਾਨੀ ਕਿਹੜੇ ਕੰਮ ਦੀ